ਜ਼ਾਕਰ ਗੁਲਾਮ ਅਬਾਸ ਮੀਸਮ ਜੋ ਕਿ ਮੁਲਤਾਨ ਸੇ ਤਸ਼ਰੀਫ ਲਾਏ ਹੈ ਸ਼ੌਕਤ ਸਾਹਿਬ ਸੇ ਪਹਿਲੇ ਔਰ ਇਨਕੇ ਫੌਰਨ ਬਾਅਦ ਸ਼ਾਇਰੇ ਆਲੇ ਇਮਰਾਨ ਅਨੀਸੇ ਦੌਰਾਂ ਸ਼ੌਕਤ ਰਜ਼ਾ ਸ਼ੌਕਤ ਹੈ ਬੁਲੰਦ ਆਪਣੇ ਆਪਣੇ ਮਰੀਜ਼ਾਂ ਦੀ ਆਪਣੇ ਆਪਣੇ ਮਰੀਜ਼ਾਂ ਦੀ ਸ਼ਿਫਾ ਯਾਬੀ ਵਾਸਤੇ ਸਲਵਾਤ ਮਜਲਿਸ ਪਾਕ ਦੀ ਕਬੂਲੀਅਤ ਵਾਸਤੇ ਬੁਲੰਦਰ ਸਲਵਾਤ ਨਾਰੇ ਤਕਬੀਰ ਅੱਲਾਹੁ ਅਕਬਰ ਨਾਰੇ ਰਿਸਾਲਤ ਯਾ ਰਸੂਲੱਲਾ ਨਾਰੇ ਹੈਦਰੀ ਯਾ ਅਲੀ ਅਲੈਹਿ ਸਲਾਤੁ ਵਸਲਾਮ ਇਬਾਦਤ ਹੈ ਮਿਲ ਕੇ ਹੈਦਰੀ ਯਾ ਅਲੀ ਅਲੈਹਿ ਸਲਾਤੁ ਵਸਲਾਮ ਦੋ ਚਾਰ ਬੰਦੇ ਸ਼ਾਮਿਲ ਨਹੀਂ ਹੋਏ ਮਿਲਾ ਕੇ ਹੈਦਰੀ ਯਾ ਅਲੀ ਅਲੈਹਿ ਸਲਾਤੁ ਵਸਲਾਮ ਚੌਥਾ ਨਾਰਾ ਹੈਦਰੀ ਯਾ ਅਲੀ ਅਲੈਹਿ ਸਲਾਤੁ ਵਸਲਾਮ ਅਵਲ ਤੋਂ ਆਖਿਰ ਦੋਵੇਂ ਹੱਥ ਬੁਲੰਦ ਕਰਕੇ ਪੰਜਵਾਂ ਨਾਰਾ ਹੈਦਰੀ ਸਲਾਮ ਸਲਵਾਤ ਸਾਰੇ ਸਹਿਬਾਨ ਮੁਹੰਮਦ ਆਲ ਮੁਹੰਮਦ ਬੁਲੰਦ ਸਲਵਾਤ ਰੱਬ ਸ਼ਰਾਹ ਅਲੀ ਸਦਰੀ ਯਸਰ ਅਲੀ ਅਮਰੀ ਵਾਹਲੁਲ ਉਕਦਤਮ ਲਿਸਾਨੀ ਯਫਕਹੂ ਕੌਲੀ ਬੇਹੱਕ ਲਿਸਾਨ ਸਦਕਾਨ ਅਲੀਆ ਧੀਆਂ ਰੁਲ ਗਈਆਂ ਨੀ ਸੱਲੇ ਅਲਾ ਮੁਹੰਮਦ ਵਾਲ ਮੁਹੰਮਦ ਨਾਰਾਜ਼ ਨਥੀ ਭੇਣ ਕੋ ਮਿਲ ਜਿਥ ਜਿਥ ਚੰਨ ਲਹਰਾਦਾ ਵਾ ਮਰਜ਼ੀ ਨਾਲ ਮੈਂ ਆਵਣਾ ਹੁੰਦਾ ਆਂਦੀ ਕੱਲ ਮੈਂ ਪਿਓ ਸਗਰਾ ਅਰਮਾਨ ਲੱਗਾ ਪੂਰੇ ਪਾਕਿਸਤਾਨ ਦਾ ਮਜਮਾ ਘੱਟ ਬੰਦਿਆਂ ਜਵਾਰ ਸਾਹਿਬ ਹੈ ਕੀ ਯਾਰਾ ਮੁਹਰਮ ਆਈ ਜ਼ਖਮੀ ਅਲੀ ਦਿਧੀ ਆਈ ਜ਼ਖਮੀ ਫਿਰਾ ਦਿਲਾਸ਼ ਤੇ ਆਈ ਖਣੀਆਂ ਦੀ ਪਈ ਹੈ ਨਾਰਾਜ਼ ਨਾ ਥੀ ਉੱਠੀ ਭੈਣ ਘੁਮਿਲ ਜਿਥ ਜਿਥ ਚੰਨ ਲਹਰਾ ਦਾ ਵਾ ਮਰਜ਼ੀ ਨਾਲ ਮੈਂ ਆਵਣਾ ਹੁੰਦਾ ਆਂਦੀ ਕੱਲ ਮੈਂ ਪਿਓ ਸੁਗਰਾ ਦਾ ਬੀਬੀਆਂ ਦੀਆਂ ਤਨਕਾਤ ਲਾ ਤੂੰ ਵਾ ਮੈਂ ਪੁੱਛ ਕੇ ਆਇਆ ਨੀਆ ਮਿਲਿਆ ਵਕਤ ਜ਼ਿਆ
ਤੂੰ ਕਫਾਨ ਪਵੈਂਦੀ ਵੀਰ ਮੇਰਾ ਵੋ ਕੇ ਬਚ ਵੀ ਆਉਣ ਦੀ ਮਾਂ ਹੁਸੈਨ ਦੀ ਤਰੀ ਹੈ ਕਬੂਲ ਕਰੇ ਬਸ ਮੂੰਹ ਥੋੜ੍ਹਾ ਪੜ੍ਹਨਾ ਮੇਰੇ ਬਾਅਦ ਮੇਰੇ ਉਸਤਾਦ ਮੁਅੱਜ਼ਮ ਅਨੀਸ ਦੌਰਾ ਕਿਬਲਾ ਸ਼ੌਕਤ ਰਜ਼ਾ ਸ਼ੌਕਤ ਸਾਹਿਬ ਤਸ਼ਰੀਫ ਫਰਮਾਏ ਬਸ ਇਤਨਾ ਯਾਦ ਰੱਖਿਆ ਭਿਰਾ ਮਰਾ ਕੇ ਮੈਂ ਕਿਹਾ ਭਿਰਾ ਮਰਾ ਕੇ ਭਿਰਾ ਦੀ ਉਲਫਤ ਦੇ ਜ਼ੇਵਰ ਪਾ ਕੇ ਮੈਂ ਉਸ ਬੰਦੇ ਨੂੰ ਸ਼ੀਆ ਨਹੀਂ ਮੰਨਦਾ ਫਖਰ ਬਈ ਜਿਹੜਾ ਸ਼ੀਆ ਹੀ ਆਈ ਤੇ ਹੈ ਨਹੀਂ ਕਰ ਸਕਿਆ ਡੇਰ ਸਾਰੇ ਅਜ਼ਾਦਾਰ ਤਸ਼ਰੀਫ ਫਰਮਾਓ ਫਿਤਰਤ ਦਸਤੂਰ ਜ਼ਮਾਨੇ ਅਮੀਰ ਜਨਾਜ਼ੇ ਹੀ ਉੱਠਦੇ ਡਿੱਠੇ ਨੇ ਗਰੀਬ ਜਨਾਜ਼ੇ ਹੀ ਉੱਠਦੇ ਡਿੱਠੇ ਨੇ ਹੁਸੈਨ ਦਾ ਜ਼ਾਕਿਰਾਂ ਤੇ ਤੁਹਾਡਾ ਮਹਿਮਾਨ ਆ ਹੱਥ ਜੋੜ ਕੇ ਸਵਾਲ ਕਰਿੰਦਾ ਹੈ ਕਰਕੇ ਜਵਾਬ ਦੇਵੇ ਅੱਲਾਹ ਦੀ ਕਾਇਨਾਤ ਵਿੱਚ ਚਾਚਾ ਕੋਈ ਇੱਕ ਜਨਾਜ਼ਾ ਵਿਖਾ ਜਿਸ ਘਰ ਫਿਰਾ ਦਾ ਮਈਅਤ ਹੋਵੇ ਤੇ ਭੈਣਾਂ ਦੇ ਹੱਥ ਨਹੀਂ ਹੋਣਾ ਮੈਂ ਬਿਸਮਿਲ੍ਲਾ ਕਰਾਂ ਬਈ ਮੈਂ ਬਿਸਮਿਲ੍ਲਾ ਕਰਾਂ ਬਈ ਜਿਹੜੇ ਅੱਲਾਹ ਹੋ ਬਈ ਮੈਂ ਬਿਸਮਿਲ੍ਲਾ ਕਰਾਂ ਮਾਂ ਹੁਸੈਨ ਦੀ ਹੈ ਕਬੂਲ ਕਰੀ ਜੀ ਮੈਂ ਬਿਸਮਿਲ੍ਲਾ ਕਰਾਂ ਮੈਂ ਕੋਈ ਥੱਕ ਤੱਕ ਨਹੀਂ ਪਿਆ ਮੈਂ ਕਿਹਾ ਕੋਈ ਇੱਕ ਜਨਾਜ਼ਾ ਵਿਖਾ ਜਿਸ ਘਰ ਫਿਰਾ ਦਾ ਮਈਅਤ ਹੋਵੇ ਤੇ ਭੈਣਾਂ ਦੇ ਹੱਥ ਇੰਜ ਹੋਵੇ ਨੌ ਹਿੱਸਿਆਂ 'ਚ ਹੈ ਫਿਰਾ ਦੀ ਲਾਸ਼ ਨੌ ਹਿੱਸਿਆਂ 'ਚ ਬਾਈ ਜਾਨ ਕਿਤਾਬ ਦਾ ਨਾਂ ਹੈ ਰਿਵਾਇਤ ਅਜ਼ਾ ਅਲਾਮਾ ਆਬਿਦ ਅਸਕਰੀ ਲਿਖ ਦਿਨ ਵੀ ਨੌ ਹਿੱਸੇ ਜਿੱਦਾਂ ਫਿਰਾ ਦੀ ਲਾਸ਼ ਡਿੱਠੀ ਸੀ ਨਾ ਹਰ ਜ਼ਾਕਿਰ ਤੂੰ ਸੁਣਿਆ ਵੀ ਅਦਨ ਇੱਕ ਵਹਿਣ ਦੀ ਇਜਾਜ਼ਤ ਮਿਲੀਏ ਕੋਈ ਅਦਨ ਨੌ ਵਹਿਣ ਦੀ ਇਜਾਜ਼ਤ ਮਿਲੀਏ ਬੰਦਾ ਸ਼ੀਆ ਹੋਵੇ ਮਜਲਿਸ 'ਚ ਆਵੇ ਹਾਏ ਨਾ ਕਰੇ ਹੋ ਨਹੀਂ ਸਕਦਾ ਕੋਈ ਅਦਾ ਇੱਕ ਵਹਿਣ ਦੀ ਕੋਈ ਅਦਾ ਨੌ ਵਹਿਣ ਦੀ ਅਲਾਮਾ ਆਬਿਦ ਅਸਕਰੀ ਲਿਖ ਦੇਣ ਬਸ ਇਤਨੀ ਦੇਰ ਰੁਣੀਏ ਜਿੱਦਾਂ ਫਿਰਾ ਦੀ ਲਾਸ਼ ਛੋੜੀਏ ਸੁਣਾ ਕੱਪੜਿਆਂ ਦਾ ਰੰਗ ਤਪਦੇ ਹੀ ਹੋ ਗਈ ਮਾਂ ਹੁਸੈਨ ਦੀ ਹੈ ਕਬੂਲ ਕਰੀ ਬਸ ਖਤਮ ਹੋ ਗਈ ਵਹਿਣ ਕਰਾਂ ਔਖੇ ਤੇ ਭਾਵੇਂ ਸੌਖੇ ਅਲੀ ਦੀਆਂ ਧੀਆਂ ਬਾਰਾਂ ਮੁਹਰਮ ਕੂਫਾ ਦੇ ਸਦਰ ਦਰਵਾਜ਼ੇ 'ਤੇ ਆ ਖੜੀ ਜਿਤਨੇ ਅਜ਼ਾਦਾਰੋ ਪਹਿਲੇ ਬੰਦੇ ਤੋਂ ਲੈ ਕੇ ਆਖਰੀ ਹਲਾਲ ਇੱਦਾਂ ਜਿਹੜਾ ਬੋਲ ਕੇ ਜਵਾਬ ਦੇਵੇ ਹੁਸੈਨ ਦੇ ਵਕੀਲ ਦੀ ਸ਼ਹਾਦਤ ਕਰਦਾ ਬੋਲੋ ਜਿਹੜੇ ਅਜ਼ਾਦਾਰੋ ਨੌ ਜ਼ਿਲ ਹੱਜਾ ਅਲੀ ਦੀਆਂ ਧੀਆਂ 11 ਜਾਂ 12 ਮੁਹਰਮ ਨੂੰ ਚਾਚਾ ਕੂਫੇ ਆਈਆਂ ਇੱਕ ਮਹੀਨਾ 3 ਦਿਨਾਂ ਬਾਅਦ ਜਿੱਦਾਂ ਅਲੀ ਦੀਆਂ ਧੀਆਂ ਦੇ ਮਹਮਲ ਨਾ ਕੂਫਾ ਦੇ ਸਦਰ ਮਕਾਮ 'ਤੇ ਆ ਰੁਕੇ ਨਾ ਅਤੇ ਅਲੀ ਦੀ ਧੀ ਦੀ ਨਿਗਾਹ ਪਈਏ ਮੁਸਲਮਾਨਾਂ ਇੱਕ ਲਾਸ਼ ਉਲਟੀ ਲਟਕਾਈ ਹੋਈ ਆਈ ਇਹਨੇ ਬੇਵਸ ਸੱਜਾ ਦਰਵੇ ਕਿਆ ਜੇ ਭੁੱਲਣ ਵਾਲੀ ਮਾਂ ਦੀ ਧੀ ਨਾ ਆਲਮਾ ਗੈਰੇ ਮੁਅੱਲਮਾ ਪੁੱਛਦੀਆਂ ਮੈਂ ਭੁੱਲਦੀਆਂ ਜੇ ਮੇਰਾ ਫਿਰਾ ਮੁਸਲਿਮ ਹੈ ਇਮਾਮ ਦੀ ਰੱਤ ਵੱਧ ਗਈ ਤੇ ਠੰਡਾ ਸਾਹ ਭਰ ਕੇ ਫਰਮਾਨ ਫੁੱਫੀ ਅੰਮਾ ਹੈ ਤੇ ਚਾਚਾ ਮੁਸਲਿਮ ਮਿੰਬਰ ਦੀ ਕਸਮ ਅਗਲਾ ਅਲੀ ਦੀ ਧੀ ਉਹ ਜੀ ਸਵਾਲ ਕੀਤਾ ਹੈ ਕੂਫੇ ਦੀ ਜ਼ਮੀਨ ਹਲ ਗਈ ਹੈ ਸ਼ੀਆ ਹੋਵੇ ਹਾਏ ਨਾ ਕਰੇ ਹੋ ਨਹੀਂ ਸਕਦਾ ਬੀਬੀ ਆ ਜੀ ਸਜਾਦ ਅੱਲਾ ਦੇ ਨਾਂ ਤੇ ਦੱਸ ਇਹ ਕੂਫੇ 'ਚ ਲਾਸ਼ਾਂ ਦਫਨ ਨਹੀਂ ਹੁੰਦੀਆਂ ਇਮਾਮ ਦੀ ਆਵਾਜ਼ ਆਉਂਦੀ ਹੈ ਨਰਵਾ ਹੁੰਦੀਆਂ ਉਹਨਾਂ ਦੀਆਂ ਜਿਨ੍ਹਾਂ ਦਾ ਕੋਈ ਵਾਰਿਸ ਹੋਊਗੀ ਮੈਂ ਬਿਸਮਿਲ੍ਲਾ ਕਰਾਂ ਵੀ ਮਾਂ ਹੁਸੈਨ ਦੀ ਹੈ ਕਬੂਲ ਕਰੀ ਬਸ ਇਤਨਾ ਯਾਦ ਰੱਖਿਆ ਹੈ ਔਖੇ ਤੇ ਭਾਵੇਂ ਸੌਖੇ ਬਾਜ਼ਾਰ ਅਬੂਰ ਕਰਕੇ ਅਲੀ ਦੀਆਂ ਧੀਆਂ ਦਰਬਾਰ ਆਖਣੀ ਮਹੀਂ ਕੇ ਜੁਮਲੇ 'ਚ ਆਖਿਆ ਔਖੇ ਤੇ ਭਾਵੇਂ ਸੌਖੇ ਬਾਜ਼ਾਰ ਅਬੂਰ ਕਰਕੇ ਫਖਰ ਬਈ ਮਿੰਬਰ ਦੀ ਕਸਮ ਹੈ ਕਰਬਲਾ ਅਤੇ ਬਾਜ਼ਾਰ ਦਾ ਇੱਕ ਜੁਮਲੇ 'ਚ ਫਰਕ ਦੱਸੇ ਨਾ ਬਸ ਮੈਂ ਬੰਦਾ ਵੇਖਸਾਂ ਜਿਹੜਾ ਸ਼ੀਆ ਹੈ ਤੇ ਹੈ ਨਹੀਂ ਸਕਿਆ ਕਰਬਲਾ ਅਤੇ ਬਾਜ਼ਾਰ ਦਾ ਬਸ ਇੱਕੋ ਫਰਕ ਹੈ ਕਰਬਲਾ ਉਹ ਜਾਹੇ ਜਿੱਥੇ ਮਾਵਾਂ ਦੇ ਸਾਹਮਣੇ ਪੁੱਤਰਾਂ ਨੂੰ ਮਾਰਿਆ ਨੇ ਬਾਜ਼ਾਰ ਮੰਡੀ ਵਾਲਿਆਂ ਉਹ ਜਾਹੇ ਜਿੱਥੇ ਪੁੱਤਰਾਂ ਦੇ ਸਾਹਮਣੇ ਮਾਵਾਂ ਨੂੰ ਮਾਰਿਆ ਨੇ ਮਾਂ ਹੁਸੈਨ ਨੇ ਇਹ ਕਬੂਲ ਕਰੀ ਹੱਕ ਇਹ ਮੰਨਦਾ ਜਿਹੜੇ ਅਜ਼ਾਦਾਰ ਮਤਵੀ ਹੋ ਮੈਂ ਕਿਹਾ ਦਰਬਾਰ ਆਖਣੀ 900 11 ਜਾਂ 1200 ਕੁਰਸੀ ਲੱਗੀ ਹੋਈ ਹੈ ਨਾ ਮੁਨਾਸਿਬ ਮਕਾਮ 'ਤੇ ਆਈ ਇਮਾਮ ਹੁਸੈਨ ਬਾਦਸ਼ਾਹ ਦਾ ਸਰ ਇਹ ਕਮੀਨਾ ਸਰ ਨਾਲ ਬੇਅਦਬੀ ਬੈਠਕ ਰਹਿੰਦਾ ਮੈਂ ਤਾਂ ਇੰਨੇ ਪੜ੍ਹਦਾ ਰਹਿੰਦਾ ਇਹ 1200 ਕੁਰਸੀਆਂ ਹਨ ਗੁਲਾਮ ਜ਼ਾਦੇ ਕੁਰਸੀਆਂ 'ਤੇ ਹਨ ਅਰਸ਼ ਦੇ ਮਾਲਿਕ ਮਿੱਟੀ 'ਤੇ ਹਨ ਯਾਦ ਅੱਜ ਕੋਈ ਸ਼ੀਆ ਹੋਵੇ ਆ ਜਿਹੜਾ ਦਰਬਾਰ 'ਚ ਮੌਜੂਦ ਹੋਵੇ ਆ ਮੈਂ ਉਹਦੇ ਪੀਰਾਂ 'ਤੇ ਜ਼ੁਲਮ ਕਰਾਂ ਹਾਂ ਉਹ ਰੋਵੇ ਹਾਂ ਤੇ ਮੈਨੂੰ ਬੜੀ ਖੁਸ਼ੀ ਹੋਵੇ ਆ ਇੱਕ ਸਿਪਾਹੀ ਉੱਠਿਆ
ਉਸਦਾ ਕਿ ਤੇਰੇ ਜ਼ਿੰਦਾਨ 'ਚ ਮੁਖਤਾਰ ਕਹਿ ਦੇ। ਮੁਖਤਾਰ ਤੋਂ ਵੱਡਾ ਸ਼ੀਆ ਤਾਂ ਹੋਰ ਕੋਈ ਨਹੀਂ। ਇਹਦਾ ਮੰਜੋ ਮੁਖਤਾਰ ਨੂੰ ਲੈ ਆਓ। ਮੁਖਤਾਰ ਉਹ ਜਿਹਨੂੰ ਜ਼ਿੰਦਾਨ 'ਚ ਮੀ ਸਮੇਂ ਤਮਾਰ ਦੱਸਿਆ ਆਈ ਬਈ ਬਾਹਰਾ ਮੁਹਰਮ ਹੋ ਸੀ, ਤੈਨੂੰ ਅਕਬਰ ਦੇ ਬਾਬੇ ਦੀ ਜ਼ਿਆਰਤ ਹੋ ਸੀ। ਬਾਹਰਾ ਮੁਹਰਮ ਹੈ, ਮੁਖਤਾਰ ਕੜੀਆਂ 'ਤੇ ਮੱਥਾ ਲਾ ਕੇ ਰੋਂਦਾ ਵੀ ਹੈ। ਸਿਪਾਹੀ ਤੁਰ ਪੈਣ, ਇੱਕ ਸਿਪਾਹੀ ਅੱਗੇ ਵਧਿਆ ਮੁਖਤਾਰ ਦੇ ਪਾਸੇ ਵੇਖ ਕੇ ਆਦਾ, ਮੁਖਤਾਰ ਮੇਰਾ ਸਲਾਮ, ਮੁਖਤਾਰ ਕੜੀਆਂ ਤੂੰ ਮੱਥਾ ਚਾਇਆ ਮੇਰਾ ਹੀ ਸਲਾਮ, ਕਿਵੇਂ ਆਇਆ ਹੈ ਤੈਨੂੰ ਬਾਦਸ਼ਾਹ ਦਰਬਾਰ 'ਚ ਯਾਦ ਕੀਤ। ਮੁਖਤਾਰ ਤੁਰ ਪਿਆ ਇੱਕ ਕਦਮ ਚਾਵਿਆ, ਵਤਾ ਅਸਮਾਨ ਡਰ ਵੇਖਿਆ, ਉਦੋਂ ਮੈਂ ਵੈਣ ਕਰਿਆ ਰੋ ਰੋ ਕੇ, ਆਦਾ ਮੇਰਾ ਅੱਲਾ ਉਸ ਮਿਲਣਾ ਆ ਜਹਾਈ, ਮੇਰਾ ਅੱਲਾ ਕਿਵੇਂ ਹੋ ਸਕਦਾ ਹੈ ਜਿਹਦਾ ਬੋਲਣ ਕੁਰਾਨ ਬਣਦਾ ਹੋਵੇ, ਉਹਦਾ ਵਾਅਦਾ ਗਲਤ ਨਹੀਂ ਆਉਂਦਾ। ਮੰਡੀ ਵਾਲਿਓਂ ਇਹ ਗੱਲਾਂ ਸੁਝੇਂਦਾ ਆਇਆ ਹੈ, ਕਰੇਂਦਾ ਆਇਆ ਹੈ, ਦਰਬਾਰ ਦਾ ਦਰਵਾਜ਼ਾ ਆਇਆ ਹੀ ਹੈ, ਹਰ ਦਿਨ ਨਿਗਾਹ ਪਈ ਹੈ, ਹਰ ਕਾਂ ਕਿਆ ਰਸਤਾ ਦੇਵੋ, ਮੁਖਤਾਰ ਆ ਗਿਆ ਹੈ, ਮੁਖਤਾਰ ਦੀਆਂ ਮਨ ਦਾ ਐਲਾਨ ਹਰ ਕੇ ਸੁਣਿਆ, ਜਿਵੇਂ ਅਲੀ ਦੀਆਂ ਧੀਆਂ ਸੁਣਿਆ, ਇੰਜ ਕਹਿ ਨਹੀਂ ਸੁਣਿਆ ਦਾਈਆ ਦੇ, ਬਾਰਿਸ਼ ਕੋਈ ਨਾ ਬਦਲ ਕੋਈ ਨਾ, ਮੇਰੀ ਕੰਡ ਪਾਣੀ ਨਾਲ ਪੁੱਛ ਗਈ ਹੈ, ਦਾਈਆ ਦੇ ਮੈਂ ਮੁੜ ਕੇ ਡਿੱਠਾ ਕਰੋ ਕਿਆ ਦਿਆ ਅੰਮਾ ਮੰਗ ਦੁਆ ਸ਼ਲ ਮੈਂ ਮਰ ਜਾਵਾਂ, ਬੀਬੀਆ ਦੇ ਬਛੜਾ ਮੌਤ ਮੰਗਣੀ ਆਈਆ, ਉਸ ਵੇਲੇ ਮੰਗੇ ਆ ਜਨਾ ਦਾ ਮੁਹਰਮ ਆਈ, ਤੇਰੇ ਅਕਬਰ ਜ਼ੀਨ ਛੋੜੀ ਆਈ ਹੈ, ਉਸ ਵੇਲੇ ਮੌਤ ਮੰਗਿਆ ਜਦੋਂ ਕਾਸਮ ਜ਼ੀਨ ਤੂੰ ਛੜਿਆ ਆਈ ਤੇ ਤਕਸੀਮ ਹੋ ਗਈ ਆਈ ਹੈ, ਉਸ ਵੇਲੇ ਦੀ ਉਸ ਵੇਲੇ ਵੈਣ ਕਰਿਆ ਤੇ ਮੌਤ ਮੰਗਿਆ ਜਿਹੜੇ ਵੇਲੇ ਅੱਬਾਸ ਛੜਿਆ ਆਈ ਹੈ, ਬਾਂਦੀ ਬਾਂਦੀ ਮਿੱਟੀ ਤੇ ਬਹਿ ਗਈਆਂ ਵੇ ਰੋ ਕੇ ਆਦੀਆਂ ਵੇ, ਮੇਰਾ ਅੱਲਾ ਹੁਣ ਗਰੀਬਾ, ਉਸ ਵੇਲੇ ਮੌਤ ਮੰਗਿਆ ਜਿਹੜੇ ਵੇਲੇ ਚਾਦਰ ਲੱਥੀਆਂ ਆਈਆਂ ਬਾਜ਼ਾਰ ਹਾਏ ਬਛੜਾ ਹੁਣ ਤਾਂ ਮੇਰੀ ਕੰਡ ਦੇ ਮਗਰੇ ਹੁਣ ਮੌਤ ਕਿਉਂ ਮੰਗਦੀ ਹੈ, ਜਿਹੜਾ ਅਜ਼ਾਦਾਰ ਹਾਏ ਨਾ ਕਰ ਸਕੇ ਉਹ ਜਾਣੇ ਤੇ ਵਕਤ ਅਲੀ ਦੀਆਂ ਧੀਆਂ ਜਾਣੇ ਨਾ, ਅਲੀ ਦੀ ਉਚਰਨੀਏ ਰੋ ਕਿਆ ਜੇ ਕਿਵੇਂ ਨਾ ਮੰਗਾ, ਮੇਰਾ ਫਿਰਾ ਆ ਗਿਆ ਹੈ ਚਾਦਰ ਕੋਈ ਨਹੀਂ, ਅੰਮਾ ਮੈਂ ਅਲੀ ਦੀ ਧੀਆਂ, ਅੰਮਾ ਮੈਨੂੰ ਬਾਬੇ ਤੂੰ ਪਰਦਾ ਮੰਜ਼ਲ ਵਧਾ ਮਿੰਬਰ ਬਜ਼ੁਰਗਾਂ ਦੇ ਹਵਾਲੇ ਕਰਨਾ ਭਾਈ ਜਾਨ, ਇੱਥੇ ਹਾਲਤ ਆਈ ਕਮੀਨੇ ਦੇ ਸਾਹਮਣੇ ਮੁਖਤਾਰ ਆ ਖੜਾ ਹੈ, ਮੁਖਤਾਰ ਦੀ ਆਵਾਜ਼ ਪਈਆਂ ਦੀ ਕਿਉਂ ਛੱਡਿਆਈ, ਆਦਾ ਦਸਤੂਰੇ ਜ਼ਮਾਨੇ ਜਦੋਂ ਬਾਦਸ਼ਾਹਾਂ ਨੂੰ ਖੁਸ਼ੀਆਂ ਮਿਲਦੀਆਂ ਹਨ, ਜਾਂ ਕੈਦੀਆਂ ਦੀ ਸਜ਼ਾ 'ਚ ਕਮੀ ਕਰੇਂਦੇ ਨੇ, ਜਾਂ ਹੱਥ ਆਜ਼ਾਦ ਕਰ ਛੁੜੇਂਦੇ ਨੇ, ਮੰਗ ਕੇ ਦੇਵਾਂ ਮੁਖਤਾਰ, ਆਦਾ ਮੈਂ ਮੰਗਣ ਵਾਲਾ ਨਹੀਂ ਹੈ, ਆਦਾ ਮੈਨੂੰ ਜੋ ਇਤਨੀ ਖੁਸ਼ੀ ਹੋਈ ਹੈ ਜ਼ਰੂਰ ਮੰਗ, ਮੁਖਤਾਰ ਦੀ ਆਵਾਜ਼ ਆਉਂਦੀ ਵਕਤ ਜ਼ਰੂਰ ਦੇਵਣਾ ਹੀ, ਇੱਕ ਦਸਤਾ ਫੌਜ ਦਾ ਦੇ, ਤ੍ਰੈ ਦਿਨ ਦੀ ਮੁਹਲਤ ਨੇ ਆਦਾ ਕਿਤੇ ਵਹਿੰਦਾ ਆਦਾ ਸੁਣਿਆ ਹੈ ਅਕਬਰ ਦਾ ਬਾਬਾ ਕਰਬਲਾ ਉਸ ਅਕਬਰ ਨੂੰ ਸਿਹਰ ਪਾਵਣੇ ਨੇ ਮੈਂ ਉਹਦੀ ਸ਼ਾਦੀ ਦਵੈਂਦਾ, ਆਦਾ ਹੁਸੈਨ ਨੂੰ ਅੰਗ ਮਿਲਸਾ ਹੁਸੈਨ ਦਾ ਨਾਮ ਆਵਣਾ ਹੀ, ਆਦਾ ਦੂਰ ਨਾ ਮੰਜ ਉਹ ਹੁਸੈਨ ਖਾਈ ਮਿਲਾਵਾ, ਕਿਵੇਂ ਮੰਨਾ ਤੇਰਾ ਨਿਜਸ ਦਰਬਾਰੇ ਉਹ ਬਤੂਲ ਦਾ ਪੁੱਤਰੇ, ਭਾਈ ਜਾਨ ਨਾ ਮੁਨਾਸਿਬ ਮਕਾਮ ਤੋਂ ਇੱਕ ਸਰ ਜਾਇਆ ਇਸ ਇਹਨੇ ਮੁਖਤਾਰ ਦਰ ਵਧਾ ਗਿਆ ਦਾ ਸੁਝਾਣੀ ਉਹ ਹੁਸੈਨ ਹੀ, ਅਜਾ ਮੁਖਤਾਰ ਨਾ ਹੀ ਬੋਲਾ ਜਾਂ ਕੱਪੇ ਲੱਭ ਹਲ ਗਏ, ਹੌਲੇ ਹੌਲੇ ਆਵਾਜ਼ ਪਈ ਆਉਂਦੀ ਹੈ ਮੁਖਤਾਰ ਮੈਨੂੰ ਸੁਝਾਣ ਮੈਂ ਹੁਸੈਨ, ਹੁਸੈਨ ਦਾ ਨਾਮ ਮਾਮਲਾ ਮੁਖਤਾਰ ਨਾਰਾ ਤਕਬੀਰ ਬੁਲੰਦਗੀ ਦਈ, ਹੱਥ ਆਜ਼ਾਦ ਹੋ ਗਏ ਨਾਲ ਸਿਪਾਹੀ ਤੂੰ ਤਲਵਾਰ ਲਈ ਐਸ ਹਮਲੇ ਦਾ ਇਰਾਦਾ ਕੀਤਾ, ਜਦੋਂ ਕੜੀਆਂ ਲੈ ਹੱਥ ਕੰਡ ਤੇ ਆਏ ਨਾ ਹਾਲੇ ਹਾਲੇ ਆਵਾਜ਼ ਆਉਂਦੀ ਹੈ ਨਾਲ ਮੈਂ ਗਰੀਬਾ, ਆਦ ਕੌਣ ਚਾਚਾ ਛੱਡਣ ਵਾਲਾ ਮੈਂ
ਇਮਾਨ ਦੀ ਆਵਾਜ਼ ਆਉਂਦੀ ਮਿੰਨਤ ਕਰੇ ਨਾ ਪਿੱਛਾ ਨਾ ਵੇਖੇ ਹਾਏ ਸਜਾਦ ਨਾਰਾਜ਼ ਹੋ ਗਈ ਹਾਏ ਆਦਾ ਨਾਰਾਜ਼ ਨਹੀਂ ਨਾਲ ਜ਼ੈਨਬ ਮੁਖਤਾਰ ਹੁਸੈਨ ਮਰ ਗਿਆ ਹੈ ਕੈਦ ਹੋ ਕੇ ਬਾਜ਼ਾਰ ਆ ਗਈ ਹੈ ਉਸ ਵੇਲੇ ਮੁਖਤਾਰ ਦੀ ਆਵਾਜ਼ ਆਉਂਦੀ ਹੈ ਤੂੰ ਇਮਾਮ ਹੈ ਅੱਲਾ ਦੇ ਨਾਂ ਤੇ ਮੈਨੂੰ ਇਜਾਜ਼ਤ ਦੇ ਮੈਂ ਤੇਰੀ ਫੁੱਫੀ ਨਾਲ ਗੱਲ ਕਰੇਗਾ ਮਿਲ ਗਈ ਹੈ ਇਜਾਜ਼ਤ ਮੁਖਤਾਰ ਉਚਰ ਨਹੀਂ ਰੋ ਰੋ ਗਿਆ ਦਾ ਪਿਆ